ਕਿਹੜੀ ਜਗ੍ਹਾ ਆ? ਸਚਵਾਲ ਹੈ। ਸਚਵਾਲ ਮਤਲਬ ਕਿਸੇ ਜਾਨੀ ਮਾਲ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਇਹ ਗੱਡੀਆਂ ਕਿੱਥੇ ਦੀਆਂ ਸੀਗੀਆਂ? ਇਹ ਸਾਡੇ ਹਿਮਾਚਲ ਦੇ ਆ। ਇਹ ਸਾਡੇ ਕਿੱਥੇ ਦੀ ਹੈ? ਕਿੰਨਾ ਕਿੰਨਾ? ਦਿੱਲੀ ਦੀ ਆ ਜੀ। ਦਿੱਲੀ ਦੀ ਆ। ਕਿੰਨੇ ਜਣੇ ਬੈਠੇ ਸੀ? ਇਕੱਲਾ ਹੀ ਆ। ਇਕੱਲੇ ਸੀ? ਤੁਸੀਂ ਕਿੱਥੋਂ ਆ ਰਹੇ ਸੀ? ਮੈਂ ਇੱਥੋਂ ਆਇਆ, ਪੱਠੇ ਲੈ ਕੇ ਆਇਆ। ਪੱਠੇ ਲੈ ਕੇ ਆ ਰਹੇ ਸੀ? ਹਾਂਜੀ। ਅਤੇ ਜਾਂਦੇ ਪਏ ਸੀ। ਅੱਛਾ ਜੀ। ਅਤੇ ਉਹ ਬੰਦੇ ਕਿੱਥੇ ਆ ਜੀ? ਇਹ ਬੰਦੇ ਦੇਖੋ ਨਾ ਕਿੱਥੇ ਗੱਡੀ ਮਾਰ ਕੇ ਲਿਆ ਗਿਆ। ਅੱਛਾ ਜੀ। ਅਤੇ ਉਹ ਬੰਦੇ ਜਿਹੜੇ ਗੱਡੀ ਚਲਾ ਰਹੇ ਸੀਗੇ, ਉਹ ਕਿੱਥੇ? ਉਹ ਮੁੰਡੇ ਇੱਥੇ ਨੇ। ਹੋਰ ਲਾਇਸੈਂਸ ਕੋਲ ਨੀ ਹੋਣਾ। ਦੂਆ ਕਹਿੰਦਾ ਮੈਂ ਚਲਾਉਂਦਾ, ਮੈਂ ਕੱਢਿਆ ਤੈਨੂੰ ਅਸੀਂ ਆ। ਅੱਛਾ, ਮਤਲਬ ਉਹਨਾਂ ਸ਼ਰਾਬ ਪੀਤੀ ਸੀ? ਸ਼ਰਾਬ ਪੀਤੀ, ਨਸ਼ੇ ਦਿੱਤੇ ਉਹਨਾਂ, ਚਿੱਟਾ ਜਿਹਾ ਪਿਆ ਦਿੱਤਾ, ਤਿੰਨੇ ਨਸ਼ੇ। ਬਾਬਾ ਪ੍ਰਭਾਤ ਸਿੰਘ ਕਿਹਾ ਕਹਿੰਦਾ ਤੂੰ ਮੇਰੇ ਤੋਂ ਆਇਓ ਸਾਹਿਬ, ਕਹਿੰਦੇ ਤੂੰ ਕਿਤੇ ਨਸ਼ੇ ਕਰਕੇ ਮੈਂ ਕਰਾਵਾਂ ਮੈਡੀਕਲ ਤਿੰਨਾਂ ਦਾ, ਕਹਿੰਦਾ ਉਹਨੇ ਫੋਨ ਕੀਤਾ, ਮਿਕਸ ਵਾਟਰ ਤੇ ਲੱਗਿਆ ਨੀ। ਫਿਰ ਕਿਸੇ ਨੇ ਦੱਸਿਆ ਵੀ ਇੱਦਾਂ ਦਾ ਐਕਸੀਡੈਂਟ ਹੋ ਗਿਆ, ਆ ਗਏ ਉਹ। ਕਿੰਨੇ ਟਾਈਮ ਤੱਕ ਪੁਲਿਸ ਆਈ? ਮੇਰੀ ਪ੍ਰਧਾਨ ਨੂੰ ਨਹੀਂ ਸੱਦਿਆ ਇੱਥੋਂ ਅਸੀਂ ਸਵਾਲ ਤੇ, ਫਿਰ ਉਹਨੂੰ ਫੋਨ ਕੀਤਾ ਐਸ ਐਚ ਓ ਤੇ, ਉਹਨੂੰ ਕਹਿੰਦਾ ਮੈਂ ਭੇਜਣਾ ਬੰਦਾ। ਕਿੰਨੇ ਟਾਈਮ ਤੱਕ ਪੁਲਿਸ ਆਈ ਸੀ? ਪੁਲਿਸ ਆਈ ਕੋਈ ਅੱਧੇ ਘੰਟੇ ਤੱਕ ਆ ਗਏ ਪੁਲਿਸ। ਪਤਾ ਲੱਗਣਾ ਤਾਂ ਹੀ ਥਾ ਨਾ, ਹੁਣ ਹੀ ਹੈਗਾ ਨਹੀਂ ਪਤਾ ਲੱਗਦਾ ਇਹਨੂੰ, ਦੱਸਿਆ ਗਿਆ ਗਾਂ ਦੇਗਾ। ਮੈਂ ਫੋਨ ਕਰ ਰਿਹਾ ਸੋਈ ਕਿਤੇ ਨਹੀਂ ਲੱਗਾ ਨਹੀਂ। ਅੱਛਾ ਜੀ। ਅਤੇ ਅੰਕਲ ਜੀ ਹੁਣ ਤੁਸੀਂ ਕਿੱਥੇ ਰਹੋਗੇ ਹੁਣ ਰਾਤ? ਹੁਣ ਤਾਂ ਗੱਡੀ ਰਾਤ ਨੂੰ ਗੱਡੀ ਪਲਟਣੀ ਹੈ ਅਸੀਂ। ਹਾਂਜੀ। ਅਤੇ ਗੱਡੀ ਸੈਡ ਨੂੰ ਕਰਨੀ ਹੈ, ਠੀਕ ਹੈ ਜੀ, ਰੋਡ ਤਾਂ ਖਾਲੀ ਕਰਨਾ ਵਾ। ਹਾਂਜੀ ਹਾਂਜੀ। ਅਤੇ ਤੁਸੀਂ ਬੁਲਾਇਆ ਕਿਸੇ ਨੂੰ? ਹਾਂ ਬੁਲਾਇਆ। ਠੀਕ। ਪੱਠੇ ਲੈਣ ਨੂੰ ਗੱਡੀ ਛੱਡੀ।